ਕੁਛ ਗੱਲਾਂ ਮੈਂ ਸਿੱਖੀਆਂ। ਮੇਰੀ ਇੱਕ ਪਾਸਟਰ ਜੀ ਦੇ ਨਾਲ ਗੱਲਬਾਤ ਹੋਈ, ਸੁਣੋ ਬੜੇ ਧਿਆਨ, ਆਪਣੇ ਸਾਰੇ ਮੂੰਹ ਖੋਲ ਕਰੋ ਜ਼ਰਾ, ਸੋਹਣੇ ਸੋਹਣੇ ਚਿਹਰੇ, ਵਾਹ ਸਮਾਈਲ ਦੇ ਨਾਲ, ਹਾਂ ਸਮਾਈਲ ਦੇ ਨਾਲ ਸੋਹਣੇ ਸੋਹਣੇ ਚਿਹਰੇ ਉੱਪਰ ਕਰੋ। ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੱਲ ਮੇਰੀ ਇੱਕ ਪਾਸਟਰ ਜੀ ਦੇ ਨਾਲ ਗੱਲਬਾਤ ਹੋਈ, ਗੱਲਾਂ ਕਰਦੇ ਕਰਦੇ, ਗੱਲਾਂ ਸਾਂਝੀਆਂ ਕਰਦੇ ਕਰਦੇ ਕੀ ਹੋਇਆ, ਇਸ ਤਰ੍ਹਾਂ ਹੀ ਅਸੀਂ ਦੁਸ਼ਟ ਆਤਮਾ ਦੇ ਕੇਸਾਂ ਦੇ ਬਾਰੇ ਗੱਲ ਕਰਨ ਲੱਗ ਗਏ। ਔਰ ਉਹ ਕਹਿੰਦੇ, ਪਾਸਟਰ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਦੀਆਂ ਦੁਸ਼ਟ ਆਤਮਾਵਾਂ ਉੱਥੇ ਸੇਵਕਾਈ ਕਰਦੇ ਜਿੱਥੇ ਗਾੜੇ ਅਸਪਤਾਲ ਔਰ ਬਹੁਤ ਕਠਿਨ ਆ ਯੂਪੀ ਬਿਹਾਰ ਦੇ ਵਿੱਚ, ਔਰ ਉੱਥੇ ਸੇਵਕਾਈ ਕਰਦੇ ਆ ਜਿੱਥੇ ਬਲੈਕ ਮੈਜਿਕ ਬਹੁਤ ਜ਼ਿਆਦਾ ਆ। ਔਰ ਕਹਿੰਦੇ ਪਾਸਟਰ ਜੀ, ਇੱਕ ਪਰਸਨ ਦੇ ਵਿੱਚ ਦੁਸ਼ਟ ਆਤਮਾ ਆ ਗਿਆ ਔਰ ਜਦੋਂ ਅਸੀਂ ਉਹਦੇ ਲਈ ਪ੍ਰਾਰਥਨਾ ਕੀਤੀ ਦੇ ਵਿੱਚ ਉਹ ਦੁਸ਼ਟ ਆਤਮਾ ਬੋਲਿਆ, ਕਹਿੰਦੇ ਉਹਦੇ ਵਿੱਚ ਉਹ ਦੁਸ਼ਟ ਆਤਮਾ ਬੋਲਿਆ, ਮਨ ਘਣਿਤ ਗੱਲਾਂ ਨਹੀਂ, ਇਹ ਪ੍ਰੈਕਟੀਕਲ ਉਹਨਾਂ ਦੇ ਨਾਲ ਹੋਇਆ, ਐਕਸਪੀਰੀਅੰਸ ਉਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ। ਕਹਿੰਦੇ ਉਹ ਦੁਸ਼ਟ ਆਤਮਾ ਬੋਲਿਆ ਵੀ, ਉਹਨੂੰ ਪੁੱਛਿਆ ਵੀ ਤੂੰ ਕਿਹੜਾ ਦੁਸ਼ਟ ਆਤਮਾ ਆ, ਕਿੱਦਾਂ ਆਇਆ ਆ ਇਹਦੇ ਵਿੱਚ ਤੇ ਕਿਉਂ ਆਇਆ ਆ। ਉਹ ਕਹਿੰਦਾ ਮੈਂ ਅਡਿਕਟਡ ਦੁਸ਼ਟ ਆਤਮਾ ਆ। ਕਿਹੜਾ? ਅਡਿਕਟਡ, ਜਿਹੜਾ ਫੇਸਬੁੱਕ ਨੂੰ ਚਲਾਉਂਦੇ ਆ ਜ਼ਿਆਦਾ, ਇਹਨਾਂ ਨੂੰ ਮੈਂ ਵਟਸਐਪ ਤੇ ਅਡਿਕਟਡ ਕਰਦਾ ਆ, ਇਹਨਾਂ ਨੂੰ ਮੈਂ ਇੰਟਰਨੈਟ ਤੇ ਅਡਿਕਟਡ ਕਰਦਾ ਆ, ਗੇਮਾਂ ਦੇ ਅਡਿਕਟਡ ਕਰਦਾ ਆ। ਕਹਿੰਦਾ ਮੈਂ ਉਹ ਬੜਾ ਦੁਸ਼ਟ ਆਤਮਾ ਆ। ਉਸ ਪਰਸਨ ਦੇ ਵਿੱਚੋਂ ਬੋਲਿਆ, ਸੁਣ ਕੇ ਮੈਨੂੰ ਵੀ ਬਹੁਤ ਅਜੀਬ ਲੱਗਾ, ਪਰ ਇਹ ਸੱਚ ਆ। ਅੱਜ ਤੁਸੀਂ ਦੇਖਦੇ ਹੋਵੋਗੇ ਲੋਕਾਂ ਨੂੰ ਵਟਸਐਪ ਦੇ ਅਡਿਕਟਡ, ਦਿਨ ਰਾਤ ਬਾਰ ਬਾਰ ਫੋਨ ਚੈੱਕ ਕਰਨਾ, ਬਾਰ ਬਾਰ ਮੈਸੇਜ ਦੇਖਣਾ, ਗੇਮਸ ਦੇ ਅਡਿਕਟਡ ਔਰ ਫੇਸਬੁੱਕ ਦੇ ਅਡਿਕਟਡ। ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਫੇਸਬੁੱਕ ਦਾ ਮਾਲਿਕ ਆ ਜਾਂ ਵਟਸਐਪ ਦਾ ਮਾਲਿਕ ਆ, ਜਿਹੜਾ ਗੇਮਸ ਦਾ ਮਾਲਿਕ ਆ, ਕਿ ਉਹ ਤੁਹਾਨੂੰ ਖੁਦ ਆ ਕੇ ਸਿਖਾਉਂਦਾ ਆ ਕਿ ਵਟਸਐਪ ਏਦਾਂ ਚੱਲਦਾ ਕਿ ਫੇਸਬੁੱਕ ਏਦਾਂ ਚੱਲਦਾ, ਦੇਖ ਲਓ ਕਿੱਦਾਂ ਤੁਸੀਂ ਐਕਸਪਰਟ ਹੋ ਜਾਂਦੇ ਆ। ਮਾਲਕ ਦੱਸਦਾ ਆ ਕੇ ਉਹਦਾ ਵੀ ਫੇਸਬੁੱਕ ਏਦਾਂ ਚੱਲਦਾ ਆ, ਏਦਾਂ ਅਪਲੋਡਿੰਗ ਹੁੰਦੀ ਆ, ਕਿੱਦਾਂ ਅਸੀਂ ਸਰਚ ਕਰਕੇ ਇੱਧਰ ਉੱਧਰੋਂ ਪੁੱਛ ਕੇ ਪੜ੍ਹ ਕੇ ਸਾਰਾ ਦਿਨ ਕਿੱਦਾਂ ਅਸੀਂ ਐਕਸਪਰਟ ਬਣ ਗਏ ਉਹਦੇ ਵਿੱਚ। ਇਹ ਦੁਸ਼ਟ ਆਤਮਾ ਦਾ ਕੰਮ। ਔਰ ਜਿਹੜੇ ਜ਼ਿਆਦਾ ਯੂਜ ਕਰਦੇ ਬੜੇ ਅਦਬ ਦੇ ਨਾਲ ਸੁਣ, ਔਰ ਸਿੱਖ ਨੂੰ ਤੇ ਸਮਝ ਲਓ ਇਹ ਇੱਕ ਸ਼ੈਤਾਨ ਦਾ ਅੰਗ ਆ। ਉਹ ਦੁਸ਼ਟ ਆਤਮਾ ਦੇ ਨਾਲ ਝਗੜੇ ਹੋਏ ਲੋਕ ਆ ਜਿਹੜੇ ਵਟਸਐਪ ਨੂੰ ਜ਼ਿਆਦਾ ਸਮੇਂ ਦਿੰਦੇ ਆ, ਫੋਨ ਨੂੰ ਜ਼ਿਆਦਾ ਸਮੇਂ ਦਿੰਦੇ ਆ। ਜੇ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਝਾਤੀ ਮਾਰੋ, ਅਗਰ ਇਸ ਤਰ੍ਹਾਂ ਤੁਹਾਡੇ ਨਾਲ ਹੈ, ਇਹਦਾ ਮਤਲਬ ਫਿਰ ਅਡਿਕਟਡ ਦੁਸ਼ਟ ਆਤਮਾ ਤੁਹਾਡੇ ਅੰਦਰ ਆ ਜਾਣਾ। ਮੇਰੇ ਕੋਲ ਸੈਂਟਰ ਵਾਲੇ ਰੂਮ ਦੇ ਵਿੱਚ ਕੱਢਦੇ ਆ ਜੇ ਨੀਡ ਹੈਗੀ ਆ। ਹਲੇਲੂਯਾ, ਹਲੇਲੂਯਾ। ਕਿੰਨੇ ਸਮਝ ਪਾ ਰਹੇ ਆ? ਇਹ ਛੋਟੀਆਂ ਗੱਲਾਂ ਆ ਸ਼ੈਤਾਨ ਦੀਆਂ, ਜਿਹੜੀਆਂ ਉਜਾਗਰ ਕਰਦੇ ਆ ਪ੍ਰਭੂ ਦੀ ਕਿਰਪਾ ਦੇ ਨਾਲ। ਨਹੀਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਆ, ਚਿੰਬੜੇ ਰਹੋ, ਚਿਪਕੇ ਰਹੋ, ਕੋਈ ਦਿੱਕਤ ਨਹੀਂ ਆ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮਜ਼ਬੂਤ ਹੋਵੋ, ਆਤਮਾ ਦੇ ਵਿੱਚ ਸਟਰੋਂਗ ਹੋਵੋ ਤੇ ਸਵਰਗ ਦੇ ਅਧਿਕਾਰੀ। ਹਾਲੇਲੂਯਾ, 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 ਹਾਲੇਲੂਯਾ।